ਇਹ ਮੇਰੀ ਵੀਡੀਓ ਨੇ ਸਾਰੇ ਰਵੀਦਾਸੀਆਂ ਵਾਸਤੇ ਹੈ ਅਤੇ ਹੱਥ ਜੋੜ ਕੇ ਮੈਂ ਮਾਫ਼ੀ ਮੰਗਦਾ ਕਿ ਜੋ ਮੈਂ ਕੀਤਾ ਗਲਤ ਕੀਤਾ। ਇੱਕ ਬੰਦੇ ਕੁੱਤੇ ਵੀਡੀਓ ਟੈਗ ਦੇ ਪਿੱਛੇ ਜਿਹਨੇ ਮੇਰੀ ਫੈਮਿਲੀ ਨੂੰ ਇਨਵੋਲਵ ਕੀਤਾ ਅਤੇ ਗਾਲਾਂ ਕੱਢੀਆਂ ਮੇਰੀ ਬੇਟੀ ਨੂੰ ਅਤੇ ਸਭ ਕੁਝ, ਉਹਦੇ ਗੁੱਸੇ 'ਚ ਆ ਕੇ ਫਿਰ ਮੈਂ ਸਾਰਿਆਂ ਨੂੰ ਕਿਹਾ ਉਹ ਨਹੀਂ ਕਹਿਣਾ ਚਾਹੀਦਾ। ਇਸ ਕਰਕੇ ਨਾ ਮੈਂ ਨਾ ਆਈ ਐਮ ਵੈਰੀ ਸੋਰੀ ਫੋਰ ਇਟ ਐਂਡ ਪਲੀਜ਼ ਫੋਰਗਿਵ ਮੀ। ਕੁਝ ਦਿਨਾਂ ਤੋਂ ਜੋ ਇੰਗਲੈਂਡ ਦੇ ਵਿੱਚ ਇੱਕ ਸਰਦਾਰ ਜੀ ਐਸ ਲੂਥਰਾ, ਉਸਨੇ ਸਾਡੇ ਮਹਾਂਪੁਰਸ਼ਾਂ ਨੂੰ, ਸਾਡੇ ਗੁਰੂਆਂ 'ਤੇ ਬਹੁਤ ਹੀ ਮਾੜੀ ਸ਼ਬਦਾਵਲੀ ਬੋਲ ਕੇ ਉਸਨੇ ਇੱਕ ਇਨਸਾਨੀਅਤ ਦਾ ਘਾਣ ਕੀਤਾ ਔਰ ਕਿਸੇ ਨੂੰ ਵੀ ਕੋਈ ਦੁਨੀਆ ਦੇ ਕਿਸੇ ਵੀ ਕੋਨੇ 'ਚ ਕੋਈ ਇਨਸਾਨ ਬੈਠਾ ਆ ਕਿਸੇ ਧਰਮ ਦੇ ਬਰਖਿਲਾਫ਼, ਕਿਸੇ ਗੁਰੂਆਂ ਦੇ ਬਰਖਿਲਾਫ਼ ਜਾਂ ਕਿਸੇ ਰਹਿਬਰਾਂ ਦੇ ਬਰਖਿਲਾਫ਼, ਕਿਸੇ ਨੂੰ ਵੀ ਇਹ ਕਾਨੂੰਨ ਹੱਕ ਨਹੀਂ ਦਿੰਦਾ ਕਿ ਉਸਦੇ ਲਈ ਆਪਾਂ ਜਿੰਨੀ ਮੰਦੀ ਸ਼ਬਦਾਵਲੀ ਬੋਲੀ ਆ ਉਹ ਬੋਲ ਕੇ ਆਪਾਂ ਕੀ ਸਾਬਤ ਕਰਨਾ ਚਾਹੁੰਦੇ ਹਾਂ। ਲੇਕਿਨ ਚਾਹੇ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰਵਿਦਾਸੀਆ ਧਰਮ, ਮਹਾਰਿਸ਼ੀ ਵਾਲਮੀਕ, ਨਾਮਲੇਵਾ ਸੰਗਤ ਜਿਨ੍ਹਾਂ ਨੇ ਕਾਫੀ ਹਰਟ ਹੋਇਆ ਔਰ ਇਸ ਇਨਸਾਨ ਨੇ ਇੱਕ ਇਨਸਾਨੀਅਤ ਦਾ ਘਾਣ ਕਰਦੇ ਹੋਏ ਗੁਰੂ ਮਹਾਂਪੁਰਸ਼ਾਂ ਨੂੰ ਇੱਕ ਇੰਨਾ ਮੰਡਾ ਬੋਲਿਆ ਕਿ ਜਿਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ ਔਰ ਕਿਸੇ ਨੂੰ ਵੀ ਕਿਸੇ ਧਰਮ ਦੇ ਬਰਖਿਲਾਫ਼ ਇਜਾਜ਼ਤ ਨਹੀਂ ਹੈ। ਜੇ ਅਸੀਂ ਕਿਸੇ ਦਾ ਇੱਜ਼ਤ ਨਹੀਂ ਕਰ ਸਕਦੇ ਤਾਂ ਸਾਨੂੰ ਕੋਈ ਹੱਕ ਵੀ ਨਹੀਂ ਗੀ ਅਸੀਂ ਕਿਸੇ ਧਰਮ ਦੇ ਜਾਂ ਕਿਸੇ ਮਹਾਂਪੁਰਸ਼ਾਂ ਦੇ ਬਰਖਿਲਾਫ਼ ਬੋਲੀਏ ਔਰ ਇਸ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਜਲੰਧਰ ਦੇ ਵਿੱਚ ਇਸ 'ਤੇ ਕਾਨੂੰਨੀ ਕਾਰਵਾਈ ਕਰਦੇ ਹੋਏ FIR ਦਰਜ ਕਰਾਈ ਆ ਔਰ ਅਸੀਂ ਕਾਨੂੰਨ ਦਾ ਸਹਾਰਾ ਲੈ ਕੇ ਇਸ ਨੂੰ ਬੰਦਾ ਬਣਾਵਾਂਗੇ। ਔਰ ਇਸ ਦੇ ਨਾਲ ਮੈਂ ਇੱਕ ਹੋਰ ਵੀ ਸੋਚ ਅੱਗੇ ਜਾਂਦੀ ਆ ਕਿ ਕਿਸੇ ਵੀ ਸਿੱਖ ਜਥੇਬੰਦੀ ਨੇ ਇਸ ਦਾ ਵਿਰੋਧ ਨਹੀਂ ਕੀਤਾ ਔਰ ਇਹ ਵੀ ਇੱਕ ਬੜਾ ਚਿੰਤਾ ਦਾ ਵਿਸ਼ਾ ਆ ਕਿਉਂਕਿ ਅਸੀਂ ਸਮਝਦੇ ਹਾਂ ਕਿ ਹਰ ਇੱਕ ਧਰਮ ਦਾ ਸਤਿਕਾਰ ਕਰਨਾ ਆ ਔਰ ਹਰ ਇੱਕ ਮਹਾਂਪੁਰਸ਼ਾਂ ਦਾ ਸਤਿਕਾਰ ਕਰਨਾ ਆ। ਲੇਕਿਨ ਇੱਥੇ ਗੱਲ ਇੱਕ ਉੱਭਰ ਕੇ ਆਉਂਦੀ ਆ ਵੀ ਕਿਸੇ ਵੀ ਸਿੱਖ ਜਥੇਬੰਦੀ ਨੇ ਇਸ ਦਾ ਵਿਰੋਧ ਨਹੀਂ ਕੀਤਾ ਔਰ ਅਸੀਂ ਕੱਲ੍ਹ ਜੋ ਇੱਥੇ ਕਾਨੂੰਨੀ ਕਾਰਵਾਈ ਕਰਦੇ ਹੋਏ FIR ਦਰਜ ਕਰਾਈ ਆ, ਅਸੀਂ ਇਸ ਨੂੰ ਬੰਦਾ ਬਣਾਵਾਂਗੇ ਔਰ ਇਸ ਨੂੰ ਸਾਫ ਦੱਸਾਂਗੇ ਕਿ ਕਿਸੇ ਮਹਾਂਪੁਰਸ਼ਾਂ ਲਈ, ਸੰਤਾਂ ਮਹਾਂਪੁਰਸ਼ਾਂ ਲਈ, ਗੁਰੂਆਂ ਰਹਿਬਰਾਂ ਲਈ ਇੰਨਾ ਜੋ ਉਸਨੇ ਸ਼ਬਦਾਵਲੀ ਬੋਲੀ ਆ ਔਰ ਅਸੀਂ ਇਸ 'ਤੇ ਕਾਨੂੰਨੀ ਕਾਰਵਾਈ ਕਰਦੇ ਹੋਏ ਇਸ ਨੂੰ ਦੱਸਾਂਗੇ ਕਿ ਜੋ ਤੈਂ ਆਪਣੀ ਇੰਨੀ ਮਾੜੀ ਸੋਚ ਦਾ ਪ੍ਰਗਟਾਵਾ ਕੀਤਾ ਆ ਔਰ ਤੇਰੀ ਉਮਰ ਕਿੰਨੀ ਆ, ਤੇਰਾ ਉਮਰ ਦੇ ਹਿਸਾਬ ਦੇ ਨਾਲ ਜੋ ਤੁਸੀਂ ਇਹ ਕੰਮ ਕਰ ਰਹੇ ਹਾਂ ਉਹ ਸ਼ੋਭਾ ਨਹੀਂ ਦਿੰਦਾ ਔਰ ਅਸੀਂ ਇਸ ਨੂੰ ਬਖਸ਼ਾਂਗੇ ਨਹੀਂ ਔਰ ਕਾਨੂੰਨ ਦੇ ਡਰ ਦੇ ਵਿੱਚ ਰਹਿ ਕੇ ਇਸ ਨੂੰ ਬੰਦਾ ਬਣਾਵਾਂਗੇ। ਔਰ ਬਾਕੀ ਵੀ ਅਸੀਂ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਦੀ ਜਿੰਨੀ ਵੀ ਨਿੰਦਾ ਕੀਤੀ ਜਾਵੇ ਘੱਟ ਹੈ।